ले वेख ला हजे तक सुती पई है। ओ जोत पुत खड़ा हो। मम्मी सोलन दो जे। ले पुत मेरी गल सुन, मरे जे अखा खोल के धुप देख दे की किड्डी किड्डी चढ़ी पई है। मम्मी सोलन दो जे। ओहो ना मेरा पुत, जे तेरे भरा नु पता लग गया ना तो उन्हें लड़ना गा भी हजे तक सुती पई है। हैं कोई नहीं मम्मी, मैं बात चोनी हूं। पुत मेरी गल सुन, मैं चाय बनावांगा कॉफी। कौन बापू? राम। अच्छा राम, राम तो मनता नहीं है। मनता नहीं? मगर लग्या फिरदा। मगर किदे लग्या हो? तैनू पता है शरीकां दी काम होर किदा। फिर जिहड़ी मंडीर नूं नाल नहीं फिरदा उह खाऊ पीऊ पीर ने बस। मंडीर वी लै लैणा तूं माड़ा मोटा। बापू मंडीर दी गल नहीं, मंडीर तां मैं घंटे 'च बुलाणा। हुण थानेदार नूं कहदे जा तां फोन ला के। ना पहला वारदात करन मेरे थानेदार नहीं पुछदे हैं? तुसी काम करो थानेदार नूं आपी को। चल कोई ना, फिर देख लैणे एक बार, कह के देख लैणे जे मनदा ठीक नहीं फिर चक लैणे परसों नूं। चलो चलो लग जाओ काम। चल ठीक है फिर देखना मैं। ये भी मैनूं करदा दींदा नहीं कुछ, जदों मैं इहदे वर्गा दी ना 20-22 किले तां उहीं दब लेते। की करदा ओए? हेलो हां जी। ਕੀ ਕਰਦਾ? ਕਰਨਾ ਕੀ ਯਾਰ, ਰੋਣਾ ਆਪਦੇ ਮਾੜੇ ਕਰਮਾਂ ਨੂੰ ਬਸ। ਰੋਣਾ ਪਿੱਟਣਾ ਤਾਂ ਹੁਣ ਤੇਰੇ ਕਰਮਾਂ 'ਚ ਹੀ ਹੈ, ਵੈਲੀਆਂ ਦੀ ਧੀ ਨਾਲ ਯਾਰੀ ਲਾਈ ਹੈ ਤੂੰ। ਹੋਰ ਔਖਾ ਹੀ ਹੋ ਗਿਆ। ਚਲੋ ਕੋਈ ਨਹੀਂ, ਹੋਰ ਠੀਕ ਹੋ ਤੁਸੀਂ? ਮੈਂ ਠੀਕ ਹਾਂ, ਮੈਨੂੰ ਕਿਉਂ ਨਾ। ਬਸ ਠੀਕ ਆ। ਕਾਲਜ ਆਉਣਾ ਫਿਰ ਤੁਸੀਂ ਅੱਜ? ਹਾਂ ਮੈਂ ਤਿਆਰ ਹੋ ਕੇ ਕਾਲਜ ਆਉਂਗੀ, ਬੱਸ ਸਟੈਂਡ ਖੜੂੰਗੀ ਤੇ ਉੱਥੇ ਆ ਜਾਈ। ਠੀਕ ਆ ਓਕੇ। ਚੱਲ ਫੋਨ ਕੱਟ ਹੁਣ। ਓਕੇ। ਪਿਓ ਵੀ ਵੈਲੀ, ਪਿਓ ਦਾ ਮੁੰਡਾ ਵੀ ਵੈਲੀ, ਗਾਂ ਗਾਂ ਧੀ ਵੀ ਵੈਲੀ। ਗਾਂ ਜਮਾਈ ਨੂੰ ਨਾ ਬੈਲੀ ਬਣਨਾ ਪੈ ਜਾਏ ਕਿਤੇ ਕੁੱਤਾ ਕੱਤਾ ਕੁੱਟ ਗਈ ਕੋਈ। ਬਲੂਰ ਨੂੰ ਸਿੱਟ ਕੇ ਦੋਏ ਮਾਂ ਪਿਓ ਮੇਰੇ ਲਵੇ, ਥੱਪ ਕੇ ਆਪ ਹੀ ਲਾ ਕੇ ਖਵਾਈ ਜਾਂਦਾ ਇਹਨੂੰ। ਬਸ ਹੁਣ ਤਾਂ ਇਸ ਇਤਿਹਾਸ ਹੈ, ਪੜ੍ਹ ਲਿਖ ਜੇ ਇਹ, ਨੌਕਰੀ ਤੇ ਖੜ ਜੇ ਕਿਤੇ, ਕੋਈ ਕੁੜੀ ਦੇ ਦੇ ਇਹਨੂੰ। ਲਵਲੀ ਓਏ ਪਤਾ ਨੀ ਕਿੱਥੇ ਰਹਿੰਦਾ, ਪਤਾ ਨੀ ਹੈ ਮੈਨੂੰ ਤਾਂ ਇਹ ਤੇ ਇੱਕ ਹੋਇਆ ਅਗਨੀ ਮੱਚਦੀ। ਓ ਲਵਲੀ ਹੋ। ਹਾਂ ਚਾਚਾ ਕੀ ਹੋ ਗਿਆ? ਓਏ ਹਾਂ ਕੀ, ਆ ਰੋਟੀਆਂ ਬਣਾਉਣੀਆਂ ਬਸ, ਮੈਂ ਭਾਂਡੇ ਚੱਕ ਲਿਆ। ਅੱਛਾ ਖਾ ਲੈ, ਲੇਟ ਹੋ ਜਾਏਗਾ ਫਿਰ ਕਹਿਣਾ ਮੈਂ ਲੇਟ ਹੋ ਗਿਆ। ਹੋਰ ਯਾਰ ਲੇਟ ਕਰ ਦੇਣਾ ਰੋਟੀ ਨੂੰ, ਚੱਲ ਮੈਨੂੰ ਬਥੇਰੇ ਕੰਮ ਨੇ। ਚੰਗਾ ਇਹ ਕੱਲਾ ਇਹਦੀ ਹੈ ਹੈ ਬੰਨਿਆ। ਲੈ ਹਲੇ ਜਵਾਕ ਜਾਂ ਰੋਹ ਮਾਰੂ ਮੇਰੇ ਤੇ, ਅੱਗੇ ਲੇਟ ਕਰ ਦੇਣਾ ਰੋਟੀ। ਤੇਰਾ ਮਾਰਾ ਤਾਂ ਦੋ ਘਰਾਂ ਦਾ ਤਾਂ ਮੈਂ ਗੋਹਾ ਡੇਕ ਕਿਉਂ ਨਾ, ਫੀਸਾਂ ਭਰਦਾ ਤੇਰੀਆਂ ਵੀ। ਬਸ ਜਿੰਨਾ ਮਰਜ਼ੀ ਕਰ ਲਓ, ਰੱਬ ਦਾ ਨਾਂ ਹੀ ਹੈ। ਗੁਰਜੋਤ ਆ ਜਾ ਮੇਰੇ ਪੁੱਤ। ਆ ਗਈ ਮੰਮੀ। ਦੇਖ ਲਾ ਕਿੰਨਾ ਟਾਈਮ ਲਾਉਣੀ ਆ ਤੂੰ ਤਿਆਰ ਹੋਣ ਤੇ। ਤੇ ਮੰਮੀ ਮੈਨੂੰ ਪੈਸੇ ਦੇ ਦੋ ਥੋੜੇ ਜਿਹੇ। ਲੈ ਪੁੱਤ ਮੈਂ ਤਾਂ ਪਹਿਲਾਂ ਹੀ ਲਈ ਖੜੀ ਸੀਗੀ। ਮੰਮੀ 100-100 ਰੁਪਏ, ਮੈਂ ਤੇਲ ਵੀ ਪਵਾਉਣਾ ਸਕੂਟਰੀ 'ਚ। ਚੱਲ ਕੋਈ ਨਹੀਂ, ਹੋਰ ਦੇ ਦੂੰਗੀ ਤੈਨੂੰ ਮੈਂ। ਚੱਲ ਮੈਂ ਫੋਨ ਕਰੂੰਗੀ ਜੇ ਮੈਨੂੰ ਲੋੜ ਪਈ ਨਾ, ਗੂਗਲ ਪੇ ਕਰ ਦਿਓ ਮੈਨੂੰ। ਚੱਲ ਮੈਂ ਕਰ ਦੂੰਗੀ, ਮੇਰੀ ਗੱਲ ਸੁਣ। ਆ ਵਾਲੀਆਂ ਫਿਲਮਾਂ ਫੁਲਮਾਂ ਨਾ ਦੇਖਣ ਜਾਇਆ ਕਰ ਮੇਰਾ ਪੁੱਤ, ਪੜ੍ਹਾਈ 'ਚ ਧਿਆਨ ਦੇ ਲਾ ਚੰਗਾ। ਹਾਂ ਮੰਮੀ ਤੁਸੀਂ ਟੈਨਸ਼ਨ ਨਾ ਲਓ। ਤੇ ਨਾਲੇ ਗੱਲ ਹੋਰ, ਹਾਂਜੀ ਆ ਲੀੜੇ ਵੀ ਨਾ ਵਾਲੇ ਖਰੀਦਿਆ ਕਰ, ਕਦੇ ਉਹ ਮੌਲ 'ਚੋਂ ਲੈ ਲਿਆ, ਕਦੇ ਉਹ ਮੌਲ ਦੇ ਵਿੱਚੋਂ ਲੈ ਲਿਆ। ਪੁੱਤ ਤੇਰੇ ਕੱਪੜਿਆਂ ਦਾ ਅੱਗੇ ਗਰਾ ਲੱਗਿਆ ਪਿਆ, ਫਿਰ ਮੈਨੂੰ ਵੰਡਣੇ ਪੈਂਦੇ ਨੇ ਸਾਰੇ ਲੀੜੇ। ਮੈਨੂੰ ਲੋੜ ਤੇ ਪੈਂਦੀ ਹੈ, ਤੁਸੀਂ ਕਹਿੰਦੇ ਹੋ ਮੈਂ ਨਾਰਮਲ ਦੁਕਾਨ ਤੋਂ ਕੱਪੜੇ ਖਰੀਦਾਂ। ਓਕੇ ਬਾਈ। ਜਾ ਮੇਰਾ ਪੁੱਤ। ਓਕੇ ਧਿਆਨ ਨਾ ਚਲਾ, ਮੈਨੂੰ ਗੂਗਲ ਪੇ ਕਰ ਦਿਓ ਜੇ ਮੈਨੂੰ ਲੋੜ ਪਈ। ਚੰਗਾ ਚੰਗਾ, ਇਹ ਵੀ ਨਾ ਬਸ। ਮੰਮੀ ਵੀ ਨਾ 100-100 ਰੁਪਏ ਨਾਲ ਕੀ ਬਣਦਾ। ਗੁਰਜੋਤ। ਹਾਂਜੀ ਵੀਰੇ। ਸਿੱਧਾ ਕਾਲਜ ਜਾਇਆ ਕਰ, ਠੀਕ ਹੈ? ਸਿੱਧਾ ਘਰੇ ਆਇਆ ਕਰ। ਹਾਂਜੀ ਵੀਰੇ। ਹਾਂ ਫਿਲਮ ਫੁਲਮ ਨਹੀਂ ਦੇਖਣੀ ਨਾ ਕਿਤੇ। ਠੀਕ ਹੈ ਵੀਰੇ। ਹਾਂ ਨਾ ਕਦੇ ਸ਼ਹਿਰ 'ਚ ਜਾਣਾ ਵਾਲਾ। ਠੀਕ ਹੈ ਵੀਰੇ, ਕੋਈ ਗੱਲ ਨਹੀਂ। ਤੂੰ ਐਵੇਂ ਨਾ ਮੁੰਡਿਆ ਬਾਲਾ ਬੋਲਿਆ ਕਰ। ਬਾਲਾ ਕੀ ਨਾ ਬੋਲੀ, ਜਲਾ ਹੱਥਾਂ 'ਚੋਂ ਨਿਕਲ ਗਈ ਉਹ। ਉਹ ਬਾਪੂ ਲਾਂਬਾ ਲਿਆਉਗੀ ਕੁੜੀ, ਮੈਂ ਤੈਨੂੰ ਇੱਕ ਗੱਲ ਦੱਸਦੀ। ਤੂੰ ਮੇਰੀ ਗੱਲ ਸੁਣ ਬੇ। ਹਾਂ ਇੱਥੇ ਬੈਠੋ, ਮੇਰੇ ਤੋਂ ਨਾ ਚਪੇੜਾ ਨਾ ਖਾ ਲਈ। ਕੋਈ ਬਗਾਨਾ ਬੋਲੇ ਤਾਂ ਬੋਲੇ, ਤੂੰ ਵੀ ਆਪਦੀ ਭੈਣ ਬਾਰੇ ਐ ਬੋਲਦਾ। ਉਹਨੂੰ ਬਾਪੂ ਪੈਸੇ ਦੇ ਜਾਊਗੀ ਕੁੜੀ ਨੂੰ।
चीज न चीज कपड़े ना कपड़ा खान ना खान कदे तेनू माड़ा नहीं लैके दिता जे अज ओ न्याणी चार शौक पूरे कर दी है तो फिर की हो गया मां मैं नहीं कहता भी शौक पूरे कर दी मैं तो कहना हथा च गल कुड़ी नूं जा देना हत्थां चों कढ मगरों कितें औखी होवे फिर पछताउणा पै जे मगरों तुसीं बेफिक्र हो जाओ मैं उहनूं दुनियादारी बारे सारा समझाया होया कल नूं कोई उन्नी इक्की गल होगी साडे असीं पिंड च खण जोगे नहीं रहिणे तुहानूं की लगदा वी मैनूं तुहाडा फिक्र नहीं मेरी गल सुणो न्याणियां जे उहने खाधा पीता जां कपड़िआं दी ऐश अज अपने सिर ते ना कीती तां होर किहदे सिर ते करनी आ चमला आवेंगी आपदे सिर ते चमलाई मैं थोनू बार बार कही जानी हाँ कुड़ी नू बगैड़ दी भी मां हुंदी है संभाल दी भी मां हुंदी है मैं थोनू दसा मैं उहनू समझाया होया मैं मानदी हाँ भी मुंडा इधर तुरिया फिरदा रहिंदा मुंडिया च बाहर दी दुनियादारी वेखदा पर आपदे धी पुत दे आपां नू विश्वास है हुण तां जिहड़ियां खुल्लां देणियां ने उहनू दे लै पर जदों माड़ा टाइम आउंदा ना विश्वास बुछबूस तां विच ही रुल जांदे ने डर लगदा मैनूं उह गल्लां तों मैं थोनू दसा चल कोई नहीं तुसीं फिकर ना करो मैं चाह बना के लियाउणी आ तुहाडे वास्ते ਬਾਲੀ ਨੂੰ ਬਕਵਾਸ ਜਿਹੜਾ ਕਤਰ ਮੂੰਹ ਤੇ ਮਾਰਨੀ ਮੈਂ ਖਾਲਾ ਆ ਚਟਣੀ ਜੀ ਫੜਾ ਪੱਕੀ ਪੁੱਕੀ ਸਾਫ ਕਰਦੇ ਹੁਣ ਕਦੇ ਕੁੱਖ ਵਿੱਚ ਦੀ ਕੱਢ ਦੇਣਾ ਗ੍ਰਿਪ ਬਾਰੇ ਲਵਾਤੇ ਹੈ ਦੇਖ ਲਾ ਜਦੋਂ ਮੈਂ ਰਲਿਆ ਹੁੰਦਾ ਤੇ ਇੱਕ ਯੂਨਿਟ ਨਹੀਂ ਸੀ ਮਚਣ ਦਿੱਤੀ ਮੀਟਰ ਪੁੱਠਾ ਕਰਦਾ ਤੇ ਐਂ ਚੱਲੀ ਜਾਂਦਾ ਉਹ ਖੜ ਜਾਂਦੀ ਕਤਰੀ ਜੀ ਘੁੰਮਦੀ ਹੁੰਦੀ ਸੀ ਦੇਖ ਲਾ ਐਂ ਫਿਰ ਵੱਧਦੇ ਹੁਣ ਹਟ ਜਾਂਦੇ ਨੇ ਜਿੱਥੋਂ ਯਾਰ ਵਗ ਜਾਂਦੇ ਨੇ ਤੇਰੇ ਬੇਲਾਂ ਚਾੜਤੀਆਂ ਸ਼ੀਸ਼ਿਆਂ ਕਿਉਂ ਬੱਬੂ ਭਰਜਾਈ ਕਿਵੇਂ ਕੀ ਗੱਲ ਬੜਾ ਖਿੜਿਆ ਉਹਨਾਂ ਅੱਜ ਖੇੜੇ ਤਾਂ ਚੱਤੋ ਪਹਿਰੀ ਰਹਿੰਦੇ ਆ ਅੱਛਾ ਹੋਰ ਬਾਈ ਕੈਮ ਹੈ ਬਾਈ ਤਾਂ ਤੇਰਾ ਕੈਮ ਆ ਮੈਨੂੰ ਤੂੰ ਨਹੀਂ ਕੈਮ ਲੱਗਦਾ ਬੜਾ ਡਿੱਗਦਾ ਜਾਂ ਫਿਰਦਾ ਵੇ ਲੈ ਬੰਦਾ ਕੈਮ ਹੀ ਉਹ ਹੁੰਦਾ ਜਿਹੜਾ ਡਿੱਗਦਾ ਹੈਗਾ ਹਾਂ ਜਿਹੜਾ ਉਂ ਬੈਠਾ ਉਹ ਕਿੱਥੇ ਕੈਮ ਹੋਊਗਾ ਬੇਚਾ ਚੰਗਾ ਚੰਗਾ ਜਾਦੇ ਮਸਕੇ ਨਾਲ ਆ ਮੈਨੂੰ ਐਂ ਦੱਸ ਅੱਜ ਕਿਵੇਂ ਆਉਣੇ ਹੋਏ ਆਉਣੇ ਤਾਂ ਹੋ ਗਏ ਬਾਈ ਐਂ ਕਰਾਂ ਬਾਹਰ ਬੇ ਤੂੰ ਉਹਨੂੰ ਕੀ ਭਾਜਾ ਮਾਰਦਾ ਮੇਰੇ ਨਾਲ ਗੱਲ ਕਰ
ਬੇ ਨਾਲੇ ਹੋਰ ਗੱਲ ਤੈਨੂੰ ਮੈਂ ਕਹਾਂ, ਆ ਮਾੜਾ ਜਿਹਾ ਜਾ ਕੇ ਪਸ਼ੂਆਂ 'ਚ ਗੇੜਾ ਮਾਰਿਆ, ਬੇ ਜਿੱਦੇ ਦਾ ਤੂੰ ਆਉਣੋਂ ਹਟਿਆ ਨਾ, ਸਾਡੇ ਤਾਂ ਪਸ਼ੂ ਵੀ ਦੁੱਧ ਦੇਣੋਂ ਹਟ ਗਏ। ਤੂੰ ਦੇ ਤਾਂ ਇੰਨੀ ਗੁੱਸਾ, ਐਂ ਉਈ ਦੇ ਦੇਣਗੇ ਨਿਕੜੂ ਉਹ। ਲੈ ਦੱਸ ਬੇ, ਤੇਰੇ ਨਾਲ ਤਾਂ ਪਿਆਰੀ ਵਾਲਾ ਸੀ ਉਹਨਾਂ ਦਾ। ਪਿਆਰ ਤਾਂ ਜਿਹਦੇ ਨਾਲ ਫਿਰ ਜਿਹਦੇ ਮੈਂ ਵਾਗਿਆ, ਪਿਆਰ ਤਾਂ ਉਈ ਮੱਲੋ ਮੱਲੀ ਪਾਏ ਦਾ। ਪਿਆਰ ਤਾਂ ਤੁਹਾਡੇ ਨਾਲ ਪਾਈ ਜੋ 2 ਲੱਖ ਧਰੋਗਾ ਸਾਲ ਦਾ ਵੱਟ, ਤੇ ਕਿੱਧਰ 4 ਟਰਾਲੀਆਂ ਤੂੜੀ ਦੀਆਂ। ਨਾਲੇ ਦੇਖ ਲਾ ਖੇਤੀ ਖੁਤੀ ਵੀ ਮੈਨੂੰ ਤਾਂ ਲੱਗਦਾ ਛੱਡ ਕੇ ਭਰਜਾਈ ਇਹ ਹੈ। ਬੇ ਕਾਹਦੀ ਖੇਤੀ, ਬਸ ਹੁਣ ਤਾਂ ਨਾ ਕੰਮ ਨਿਬੜਿਆ ਹੀ ਸਮਝ। ਹੋਰ ਕੱਲੇ ਹੀ ਦੇਖ ਲਾ ਮੈਂ 365 ਕਿੱਲਿਆਂ ਦੇ ਨੱਕੇ ਮੋੜਦਾ ਤਾਤੀਗਾ। ਹੈਂ, ਕਦੇ ਐਂ ਨਹੀਂ ਤੀ ਕਹਾਇਆ ਵੀ ਕੋਈ ਖੇਤ ਗੇੜਾ ਮਾਰ ਜੇ, ਆਪੀ ਮਸ਼ੀਨ ਮਸ਼ੂਨ ਲਿਆ ਕੇ ਆਪੀ ਵੱਢ ਦਿੰਦਾ ਤੀਗਾ, ਆਪੀ ਟਰੈਕਟਰ ਟੂਟਰ ਲਾਏ ਜਾਂਦਾ। ਬਸ ਕਰ ਜਾ ਬੇ, ਬਸ ਕਰ ਜਾ, ਹੁਣ ਚੁੱਪ ਕਰ ਜਾ ਬੇ। ਤਾਂ ਹੀ ਤਾਂ ਸਾਰਾ ਪਿੰਡ ਤੈਨੂੰ ਯਾਦ ਕਰਦਾ ਗਾ, ਤੂੰ ਕੰਮ ਇੰਨਾ ਕਰਦਾ ਸੀ ਬੇ। ਹੋਰ ਤਾਂ ਹੋਰ, ਤੂੰ ਮੈਨੂੰ ਐਂ ਦੱਸ ਵੀ ਅੱਜ ਕਿਵੇਂ ਆਉਣਾ ਹੋ ਗਿਆ ਬਈ? ਆਈ ਕਿਹੜਾ ਬੇ, ਕੋਈ ਤੂੰ ਕੀ ਲਾਉਣਾ, ਤੂੰ ਮੇਰੇ ਨਾਲ ਕਰ ਗੱਲ ਜਿਹੜੀ ਕਰਨੀ ਆ। ਤੈਨੂੰ ਦੱਸਣ ਵਾਲੀ ਨਹੀਂ ਹੈਗੀ ਗੱਲ। ਲੈ ਦੱਸ ਬੇ, ਹੁਣ ਘਰ ਦੇ ਵਿੱਚ ਵੀ ਤਾਂ ਅਸੀਂ ਗੱਲ ਹਰ ਇੱਕ ਕਰਦੇ ਆ ਬੈਠ ਕੇ, ਸਾਡੀ ਗੱਲ ਤੂੰ ਸਾਨੂੰ ਨਹੀਂ ਦੱਸਦਾ। ਚੱਲ ਫਿਰ ਸੁਣ ਲਾ ਲੈ। ਹਾਂ ਦੱਸ। ਕੌਣ ਜਾ ਕਾਰਡਾ ਕਰਕੇ ਚਵਾਖੜੀ ਦੇਖੀ ਮੈਂ, ਇੱਕ ਕੰਨਲ ਜੇ ਨਾ ਬੈਠੀ ਦੁਕਾਨ ਤੇ ਖਾਈ ਜਾਂਦੀ ਦੀ, ਮੈਨੂੰ ਗਲਤ ਲੱਗਦਾ ਲਾਂਬਾ ਲੂੰਬਾ ਦਬਾਊ ਉਹ। ਤੇ ਕਿਹੜੀ ਜਵਾਖੜੀ? ਆਹਾ ਆਪਣੀ ਬੇ, ਤੂੰ ਮੇਰੀ ਗੱਲ ਸੁਣ, ਐਵੇਂ ਕੰਨ ਤੇ ਨਾ ਖਾਲੀ ਮੇਰੇ ਤੋਂ, ਖਾਦੀ ਪੀਤੀ ਚ ਹੋਰ ਹੀ ਕਿਸੇ ਦੀ ਵੇਖ ਕੇ ਸਾਡੇ ਘਰੇ ਲਾਂਬਾ ਦੇਣ ਆ ਗਿਆ ਤੂੰ? ਮੈਂ ਅੱਖਾਂ ਤਾਂ ਅੰਨਾਗਾ ਗੱਲਾਂ ਦੇਖ ਕਰਦੀ। ਹਾਂ ਬੇ, ਮੇਰੀ ਗੱਲ ਸੁਣ, ਹੌਲੀ ਬੋਲ ਕੇ ਗੱਲ ਕਰ ਲੈ, ਜੇ ਤੇਰੇ ਬਾਈ ਨੂੰ ਪਤਾ ਲੱਗ ਗਿਆ ਰੌਲਾ ਪੈ ਜਾਊਗਾ ਸਾਡੇ ਤਾਂ। ਕਿਉਂ ਰੌਲਾ ਪਾ ਰੱਖਿਆ? ਆ ਨਹੀਂ ਨਹੀਂ ਜੀ, ਇਹ ਤਾਂ ਬਸ ਉਹੀ ਆਇਆ ਸੀਗਾ, ਕਹਿੰਦਾ ਮੇਰਾ ਚਿੱਤ ਜਾ ਕਰਿਆ ਤੇ ਮੈਂ ਤੁਹਾਡੇ ਘਰੇ ਗੇੜਾ ਮਾਰਿਆ। ਓਏ ਝੂਠੀ ਦੇਖ ਕਿੰਨੀ ਝੂਠ ਮਾਰਦੀ ਆ ਓਏ। ਗੇੜਾ ਮਾਰਿਆ ਓਏ, ਓਏ ਬਾਈ ਜਾ ਫਿਰ ਮੈਂ ਦੱਸ ਦਿੰਨਾ। ਆ ਨਹੀਂ ਨਹੀਂ ਜੀ, ਐਵੇਂ ਕਹਿੰਦਾ ਤੁਰਿਆ ਜਾਂਦਾ, ਮੈਂ ਆਖਿਆ ਚਲ ਭਰਜਾਈ ਹੁਣੇ ਨੂੰ ਮਿਲਿਆ ਜੀ, ਤੇ ਤੁਹਾਨੂੰ ਪਤਾ ਤਾਂ ਹੈਗਾ ਦੀ ਪੁਰਾਣੀ ਆਦਤ ਰੌਲਾ ਪਾਉਣ ਦੀ ਤਾਂ। ਆਹੋ, ਇਹਨੂੰ ਦਾਰੂ ਪੀਣ ਵਾਲੀ ਸਰਦਾਰ ਯਾਦ ਆਉਂਦੇ। ਓਹੋ, ਬਾਏ ਤਾਂ ਜਾ ਬਾਈ, ਆ ਕੁਰਸੀ ਲਿਆ ਦਿਓ ਮੜੀ ਜੀ। ਆ ਬਾਈ ਜੀ, ਬਾਈ ਜੀ, ਤੁਸੀਂ ਬਾਈ ਜੀ। ਚਲ ਬਾਈ ਇਧਰੀ ਬਾਈ ਜੀ ਭਰਜਾਈ ਹੈ। ਹਾਂ, ਹੋਰ ਦੱਸ ਕਿੱਥੇ ਹੁੰਨੇ? ਹੁੰਦੇ ਤਾਂ ਇੱਥੇ ਆਡਿਆਂ ਉੱਡਿਆਂ ਤੇ ਹੁੰਨੇ ਆ, ਜਿੱਥੇ ਕੋਈ ਕਾੜ ਕੂੜ ਵਾਲਾ ਮਿਲ ਜਾਂਦਾ ਉੱਥੇ ਖੜ ਜਾਈਦਾ। ਆਪਣਾ ਕਹਿੰਦਾ ਵੀ ਇੱਥੇ ਉੱਡਣਾ ਆ, ਆਪਾਂ ਤਾਂ ਬਿਨ ਸਟੈਂਡੀਏ ਬੰਦੇ ਆ, ਜਿੱਥੇ ਕੋਈ ਖਾਊ ਪਿਊ ਉੱਥੇ ਖਾ ਲਾਂਗੇ। ਗੱਲ ਤਾਂ ਇਹਦੀ ਬਈ। ਬੇ ਬਸ ਚੁੱਪ ਕਰ ਜਾ, ਐਵੇਂ ਬਾਹਲੇ ਮਜ਼ਾਕ ਨਾ ਕਰਿਆ ਕਰ ਗੱਲ ਦੇ। ਲੈ ਟੱਟੂ ਦਾ ਮਜ਼ਾਕ ਹੈ, ਗੱਲ ਤਾਂ ਘਰ ਤੇ ਆ ਗਈ। ਕੀ ਗੱਲ ਹੈ, ਦੱਸ ਤਾਂ ਦੇ ਕੀ ਗੱਲ ਹੈ। ਦੇਖ ਤਾਂ ਮੈਨੂੰ ਜਵਾਖਾਂ ਵਾਂਗੂ ਰੱਖਿਆ ਕਿ ਨਾ? ਹਾਂ ਰੱਖਿਆ ਬਈ। ਤੇਰੇ ਜਵਾਕ ਹੋਏ ਕਿ ਮੇਰੇ ਹੋਏ? ਹਾਂ। ਕੰਨ ਵਾਲਾ ਜਾਤੀ, ਕੱਡੇ ਏਡੇ ਕੰਨ ਵਾਲਾ, ਮੈਸੀ ਦੇ ਮਗਰ ਹੱਟਾਂ ਵਾਲਾ ਉਹ ਦੁਕਾਨ 'ਚ ਬੈਠਾ ਤੀ। ਓਏ ਮੇਰੀ ਗੱਲ ਸੁਣ, ਦੁਕਾਨਾਂ 'ਚ ਤਾਂ ਹੁਣ ਦੁਨੀਆ ਪੈਂਦੀ ਐ, ਫੇਰ ਕੀ ਹੋ ਗਿਆ? ਉਹ ਗੱਲ ਗੋਲਮੋਲ ਕਰੀ ਜਾਂਦਾ, ਗੱਲ ਦਾ ਸਮਝਾ ਕੀ ਹੋਈ ਆ? ਗੱਲ ਤਾਂ ਐਂ ਦੀ, ਉਹ ਜਵਾਖੜੀ ਆਪਣੀ ਬੈਠੀ ਸੀ ਕਿਸੇ ਮੁੰਡੇ ਨਾਲ, ਮੈਂ ਫਿਰ ਆਖੋ ਗਿਆ, ਮੈਂ ਤਾਂ ਨਮਕ ਖਾਧਾ ਬਈ, ਆਪਾਂ ਦੱਸਣ ਦਾ ਫਰਜ਼ ਬਣਦਾ। ਮੈਂ ਦੇਖੀ ਆ। ਹਾਂ ਜੀ, ਆਪਦੇ ਅੱਖੀਂ ਦੇਖੀ ਆ, ਮੈਂ ਦੇਖੀ ਆ। ਹਾਂ, ਗੱਲ ਕੱਚੀ ਤਾਂ ਨਹੀਂ ਇਹ? ਨਾ, ਕੱਚੀ ਕੁੱਚੀ ਤਾਂ ਨਹੀਂ ਹੈਗੀ। ਦੇਖ ਮੇਰੀ ਗੱਲ ਸੁਣੋ ਜੀ, ਐਵੇਂ ਤੇ ਯਕੀਨ ਨਾ ਕਰੋ, ਤੁਹਾਨੂੰ ਪਤਾ ਤਾਂ ਹੈਗਾ ਇਹ ਤਾਂ ਖਾਣ ਪੀਣ ਵਾਲਾ ਗਾ ਕੇ ਬੋਲੀ ਜਾਂਦਾ ਇਹ ਘਰੇ। ਜੇ ਗੱਲ ਕੱਚੀ ਨਿਕਲ ਗਈ ਜਿੰਦਰਾ, ਤੇਰੀਆਂ ਲੱਤਾਂ ਤੋੜੂ ਮੈਂ। ਉਹ ਯਾਰ, ਮੇਰੀਆਂ ਤਾਂ ਪਹਿਲੀ 2 ਵਾਰੀ ਤੋੜੀਆਂ ਨੇ, ਤੁਸੀਂ 3ਜੀ ਵਾਰ ਹੋਰ ਤੋੜਦੇ, ਨਹੀਂ ਨਿਕਲਦੀ। ਤੈਨੂੰ ਸੁਰਤ ਹੈਗੀ ਆ, ਤੂੰ ਭੌਂਕੀ ਕੀ ਜਾਣਾ, ਬਕਵਾਸ ਮਾਰੀ ਜਾਣਾ? ਉਹ ਨਹੀਂ ਮਾਰਦਾ ਬਕਵਾਸ, ਮੈਂ ਤਾਂ ਬਾਈ ਤੇਰੇ ਕੋਲੇ ਤਾਂ। ਮੇਰੀ ਗੱਲ ਸੁਣੋ ਜੀ, ਤੁਸੀਂ ਐਂ ਕਰ, ਤੂੰ ਗੱਲ ਕਰਨ ਦੇ ਮੈਨੂੰ। ਮੈਂ ਤਾਂ ਤੇਰੇ ਕੋਲੇ ਤਾਂ ਆ ਗਿਆ, ਮੈਂ ਲਾਡੀ ਕੋਲੇ ਨਹੀਂ ਗਿਆ ਪਹਿਲਾਂ, ਮਹਾ ਉਹਦੇ ਕੋਲੇ ਵਾਗਿਆ ਹੀ ਨਹੀਂ, ਪਤਾ ਪਤੰਦਰ ਮਾਰ ਕੀ ਦੱਬਿਆ ਵੇ ਦੋਨਾਂ। ਮੈਂ ਤੈਨੂੰ ਹੋਰ ਦੱਸਦਾ, ਜੇ ਗੱਲ ਝੂਠੀ ਨਿਕਲੀ ਨਾ, ਤੇਰੀ ਸੰਗੀ ਮੋੜ ਦੂੰ ਮੈਂ। ਜੋ ਸਜ਼ਾ ਦੇਖ, ਮੈਂ ਬਾਈ ਰੋਟੀ ਖਾਧੀ ਐ ਇਸ ਘਰ ਦੀ, ਆਪਾਂ ਦਾ ਫਿਰ ਸੱਚ ਚੰਗਾ ਫਿਰ ਹੈ ਬਾਈ, ਪਤਾ ਕਰਦੇ ਆ ਅਸੀਂ ਇਹ ਗੱਲ ਦਾ। ਚੰਗਾ ਫਿਰ ਬੱਬੂ ਭਰਜਾਈ ਹੈ, ਠੀਕ ਹੈ। ਆ ਦੇਖ ਲੈ, ਲਾ ਤੇ ਰੰਗ, ਤੇਰੀ ਚਮੜਾਈ ਹੋਈ ਤੀ, ਭੁਗਤ ਲੈ ਹੁਣ। ਮੇਰੀ ਗੱਲ ਸੁਣੋ ਜੀ, ਕਹਿੰਦਾ ਰਿਹਾ ਮੈਂ ਤੈਨੂੰ ਵੀ ਸਾਂਭ ਕੇ ਰੱਖ ਲਾ ਉਹਨੂੰ। ਮੇਰੀ ਗੱਲ ਤਾਂ ਸੁਣ ਲਓ ਇੱਕ ਵਾਰ, ਕਿਸੇ ਦੇ ਕਹੇ ਤੇ ਆਪਾਂ ਕਿਵੇਂ ਭਰੋਸਾ ਕਰ ਸਕਦੇ ਆ? ਲੋਕਾਂ ਦਾ ਕੀ ਪਤਾ ਸਾਡੇ ਤੇ, ਜਾਣ ਕੇ ਤੂੰ ਉਂਗਤ ਲਾਉਂਦੇ ਹੁਣ? ਲੋਕ ਤਾਂ ਤੇਰੇ ਰੱਬ ਨੇ ਹੁਣ, ਸਭ ਪਤਾ ਲੋਕਾਂ ਨੂੰ, ਤੇਰੇ ਪਾ ਦਾ ਨਹੀਂ ਪਤਾ ਕਿਸੇ ਨੂੰ। ਸਤਿ ਸ਼੍ਰੀ ਅਕਾਲ ਬਾਪੂ ਜੀ, ਆ ਪੈਸੇ ਦਿਓ, 5-4 ਹਜ਼ਾਰ ਰੁਪਇਆ ਮੈਂ ਤੇਲ ਪਾਉਣਾ ਸੀ ਗੱਡੀ। ਕਿੰਨਾ ਸਾਲਿਆ ਨਲਾਇਕਾ, ਕਿੱਧਰੋਂ ਆਇਆ ਮੈਂ? ਮੈਂ ਚੰਡੀਗੜ੍ਹ ਗਿਆ, ਕੀ ਹੋਇਆ? ਹਾਂ, ਕਹਿੰਦੇ ਚੰਡੀਗੜ੍ਹ ਵਾ ਗਿਆ, ਕਹਿੰਦੇ ਕਿੱਧਰ ਵਾ ਗਿਆ, ਘਰੇ ਪਤਾ ਨਹੀਂ ਤੈਨੂੰ ਕੀ ਹੋਈ ਜਾਂਦਾ ਤੇਰੇ। ਉਹ ਕਾਨੂੰ ਬਾਪੂ ਦਾ ਜਨਮ ਦਿਨ ਨਲਾਇਕ, ਉਹ ਜਨਮ ਦਿਨ ਜਮਣਾਉਣ ਵਾਗੇ ਸੀ। ਕੀ ਹੋ ਗਿਆ? ਹੈ ਜਿੰਦਰ ਆਇਆ ਤੀ ਅੱਜ, ਉਹ ਦੱਸ ਕੇ ਗਿਆ ਗੱਲਾਂ ਜੀਆਂ। ਸੀਰੀ ਆਪਣਾ? ਆਹੋ। ਹਾਂ, ਕਹਿੰਦਾ ਆਪਣੇ ਵਾਲੀ ਕੁੜੀ ਜੀ ਤੁਰੀ ਫਿਰਦੀ ਆ, ਪਤਾ ਨਹੀਂ ਕਿਹਦੇ ਨਾਲ, ਦੇਖੀ ਹੋਊ ਉਹਨੇ ਕਿਤੇ। ਮੈਂ ਤੁਹਾਨੂੰ ਕਿਹਾ ਸੀ, ਤੁਸੀਂ ਮੇਰੀ ਇੱਕ ਨਹੀਂ ਮੰਨੀ, ਮੈਂ ਮੇਰੀ ਮਾਂ ਨੂੰ ਵੀ ਕਿਹਾ ਸੀ, ਤੈਨੂੰ ਵੀ ਕਿਹਾ ਸੀ। ਤੇਰੀ ਮਾਂ ਦੀ ਚਮੜਾਈ ਹੋਈ ਤੀ ਉਹ? ਚਮੜਾਈ ਹੋਈ ਸੀਗੀ, ਆਹ ਦੇਖ ਲਓ ਹੁਣ ਨਤੀਜੇ। ਹੈ, ਤੁਸੀਂ ਮੈਨੂੰ ਮੇਰੇ ਸਾਲ ਦਾ ਨਾਂ ਦੱਸੋ, ਕੌਣ ਆ, ਕੌਣ ਨਾ ਉਹ? ਉਹ ਕੋਈ ਗੱਲ ਨਹੀਂ, ਮੈਂ ਤੈਨੂੰ ਸਾਰਾ ਸਮਝਾ। ਜੇ ਅੱਖ ਨੂੰ ਮਾਰ ਕੇ ਨਾਰੂੜੀ ਚ ਦੱਬਾ, ਤੈਨੂੰ ਮੈਂ ਸਾਰਾ ਸਮਝਾਉਂ। ਆਪਾਂ ਇੱਜ਼ਤਦਾਰ ਬੰਦੇ ਹਾਂ, ਕੱਲ੍ਹ ਘਰ ਤੋਂ ਬਾਹਰ
बाकी काम मेरा, मेरी गल सुन ले। तैं सिर्फ उते गौर रखनी है कित्थे जांदे आ कित्थे आउंदी आ, ठीक है? बापू यार मेरा खून खौलदा, मैं की करां, मैनूं ओह कुत्ते दा नां दस्स तूं ना। साले इहो जिहे फैसले तेजी नाल नहीं लैंदे हुंदे, तेरे पुछे बिना तैं कोई काम नहीं करना, जिहड़ा काम तैनूं कहा ओह कर जा के, नाले कुड़ी नूं कुछ नहीं कहना तैं। साला डल दिमाग निमा। हाँ पुत्त। लग गया होना पता तेनू। पुत्त मेरी गल सुन, उड़दियां दे मगर नहीं लगीदा हुंदा, जिन्ना चिर आपां अखी ना देखीए कुछ। कोई ना मैनू पड़ताल कर लैण दे, जिद्दे मैनू पता लगे भी ये गल सच्ची आ, सब तो पहला गोली उहदे मारो। पुत्त मेरी गल सुन, मेरी गल तो सुन ला, एक बार उहनू पढ़ के आ जांदे कॉलेज तो, फिर मैं उहदे नाल गल करदी आ। टेक जा कर बस, हुण सफाईयां ना दे तू, चमला सी उह की करां मैं, ना कुड़ी नूं कुछ कहण जोगी ते ना इहनां नूं कुछ कहण जोगी। कोई गल आ लैण दे, इक बार गल तां मैं करके छड्डूगी। मम्मा मैनूं लगदा वीरा वी आ गया, गड्डी खड़ी है। मम्मा की होया? मम्मा अंदर चल, तैनूं मैं दसदी हां की होया। की होया मम्मी? तैनूं मैं इक बार कहा हुण अंदर चल। क्या मतलब होटल दे बहके चाह पींदी सी, किहदे नाल समोसे खांदी सी दस मैनू। किसे नाल नहीं मम्मी, तुहानू इह सब किहने कहा? गुरजोत लोक लांबा दे के जांदे अपने घरे पुत, कि थोड़ी कुड़ी बाहर आवारा करदी करदी फिरदी आ। नहीं मम्मा, तुहानू ते मेरा भरोसा हैगा ना, लोकी ते की किसे होर कुड़ी नूं देखे होणा उहनां ने। गुरजोत जे कोई गल होगी ना ते तेरे प्यो दी पग मिट्टी च मिल जाणी आ, ते तेरे प्यो ने तैनू तां मारना ही मारना, नाल मैनू भी मारूगा मैनू। नहीं मम्मी, तुहानूं पता मैं इदां दा कुछ भी नहीं कर सकदी हैगी। पक्की गल? हाँ मम्मी, मैनू इधर बैठो, बैठो इत्थे। मम्मी तुहानूं लगदा मैं कदी इदां कर सकदी हाँ? मैनू तुहाडी इज्जत का पूरा ख्याल है, तो मैनू तुहाडी सौं लगे। समार के मेरे सिर ते हथ रख के सौं खा, भी तू कोई इहो जिहा गलत कदम नहीं चकेगी। तुहाडी सौं लगे मम्मी मैनू, इदां दा कुछ नहीं हैगा, तो कदे भी नहीं होगा। ठीक है, जे ये गल कहनी है ना तो हुण मैं बेडर होकर तेरे प्यो नाल गल करूँगी, कि मेरी धी कोई माड़ा काम कर ही नहीं सकती। हाँ मम्मी। चल ठीक है। पर मम्मी तुहानू किन्ने किया है सब? जदों कोई गल ही नहीं पुत, फिर तैनू किस गल का डर? हाँ मम्मी। चल तू चेंज कर ला। हाय रब्बा, मम्मी दी झूठी सौ, पर मैं भी की कर दी, मजबूर सी, पता नहीं कौन आके अग लग जाता मम्मी नूं इहो जिहा। ओ हाँ हाँ मैनू पता है, घर पता लग गया। हाँ मैं ता मम्मी दी झूठी, ओ यार मैं ता मम्मी दी भी झूठी सौं खा ली। लै मैनू नहीं पता, मर्जी खा जा, मैनू ता लगदा मैं डांगा खाऊंगा, मैं ता जीत करनी लगदा। कोई गल नहीं, धड़कन वधा दी तैं। चुप कर मैं निकम्मिया, अकल नहीं हैगी तैनू जमा। है लै और अकल ता आपे नहीं, फस गया कसूता मैनू ता लगदा, टाइम थोड़ा ही जांदा, मैं ता इधर लगदा जीत करनी। कोई नहीं मैं सांभांगी किसे तरीके, तू टेंशन ना लै। नहीं मेरे, नहीं पापी,
ਫੋਨ ਤੇ ਗੱਲਾਂ ਕਰੀਆਂ ਸੀ ਉੱਪਰ ਖੜੀ ਡਰ ਤਾਂ ਜਾਂਦਾ ਨਹੀਂ ਮੰਮੀ ਪਹਿਲੇ ਡਰ ਲੱਗਦਾ ਸੀ ਮੈਨੂੰ ਇਹ ਕੰਨਾਂ ਤੋਂ ਰੱਖ ਓਏ ਆ ਕਰ ਤੂੰ ਤਾਂ ਸਿਉਂਦੀ ਤੀ ਦੋ ਨੂੰ ਮੈਨੂੰ ਕੀ ਪਤਾ ਸੀਗਾ ਤੈਨੂੰ ਕਾਹਨੂੰ ਪਤਾ ਸੀ ਪਤਾ ਤਾਂ ਤੈਨੂੰ ਸਾਰੇ ਹੀ ਸੀ ਹੁਣ ਲੱਗ ਜੂ ਪਤਾ ਚੱਲ ਹੁਣ ਅੰਦਰ ਬੰਦ ਕਰ ਮੇਰੀ ਗੱਲ ਸੁਣ ਤੂੰ ਤਾਂ ਮੇਰੇ ਸਿਰ ਦੀਆਂ ਸੋਹਾਂ ਖਾਂਦੇ ਸੀ ਅੰਦਰ ਬੰਦ ਕਰ ਨਹੀਂ ਮੇਰੇ ਹੁਣ ਸ਼ਾਮ ਲੈ ਨੂੰ चिट्टे वाल एवी नहीं आए मैं तेन दसा ये टाइम दिमाग तो कम लैन दा क्यों कमला बने चल अंदर बापू यार यार बंदे का पता लग गया कौन कौन तू घरे बह गया चुप करके कदों की करना तेन सारा कुछ मैं दसू ਕਿਤੇ ਨਹੀਂ ਜਾਣਾ ਤੈਨੂੰ ਅੰਦਰ ਸਾਰਾ ਕਾਮੜਾ ਹੋਇਆ ਮੇਰੀ ਗੱਲ ਸੁਣ ਓਏ ਅਕਲ ਤੋਂ ਕੰਮ ਲੈ ਲੈ ਬਿੱਜੂਆ ਦਿਮਾਗ ਵਰਤ ਲਿਆ ਕਰ ਮੜਾ ਜਾ ਇਕੱਲਾ ਉਹਨੂੰ ਮਾਰ ਕੇ ਨਹੀਂ ਸਰਨਾ ਮਾਰਨੀ ਆਪਣੀ ਵੀ ਭੂ ਜੇ ਆਪਣੀ ਨੂੰ ਮਾਰਾਂਗੇ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਕਿਉਂ ਕਾਮੜਾ ਹੋਇਆ ਤੂੰ ਉਹੀ ਗੱਲ ਹੋ ਗਈ ਜਿਹਦਾ ਡਰ ਸੀ ਜੋਤ ਵਾਹ ਬਈ ਵਾਹ ਜੋਤਿਆ ਲੈ ਚਾਹ ਪੀ ਲਾ ਲੈ ਕੀ ਹੋ ਗਿਆ ਮੇਰੇ ਪੁੱਤ ਨੂੰ ਨਹੀਂ ਨਹੀਂ ਚਾਹ ਤਾਂ ਪੀ ਲਾ ਕੋਈ ਨਾ ਪੈਣੀ ਹੈ ਕਿ ਮੇਰੀ ਚਾਹ ਪੀ ਪੀ ਲੈ ਪੁੱਤ ਪੀ ਲਾ ਚਾਹ ਪੀ ਲਾ ਮੈਂ ਪੀ ਲਾ ਪੀ ਲਾ ਕੀ ਹੋ ਗਿਆ ਕੁਛ ਨਹੀਂ ਹੋ ਗਿਆ ਅੱਛਾ ਕੋਈ ਗੱਲ ਨਹੀਂ ਪੁੱਤਰ ਹੋ ਜਾਂਦੀਆਂ ਨੇ ਬੱਚਿਆਂ ਤੋਂ ਗਲਤੀਆਂ ਫਿਰ ਕੀ ਹੈ ਹੈ ਅਸੀਂ ਤੈਨੂੰ ਕਿਹਾ ਕੁਛ ਬਸ ਸੌਰੀ ਬਸ ਸੌਰੀ ਚੰਗਾ ਠੀਕ ਆ ਆ ਦੇਖ ਪੁੱਤ ਵੀਰਾ ਸੌਰੀ ਮੰਗ ਰਿਹਾ ਹੈ ਨਾ ਕਿੱਥੋਂ ਆ ਮੁੰਡਾ ਉਹ ਨਾਲ ਦੇ ਪਿੰਡ ਦਾ ਹੀ ਆ ਵੀਰਾ ਅੱਛਾ 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 ਠੀਕ ਹੈ ਮੈਂ ਕਰੀ ਸੀ ਬਾਪੂ ਨਾਲ ਗੱਲ ਬਾਪੂ ਕਹਿੰਦੇ ਕੋਈ ਗੱਲ ਨਹੀਂ ਬੁਲਾ ਲਾ ਮੁੰਡੇ ਨੂੰ ਬੁਲਾ ਲਾ ਠੀਕ ਆ ਸੱਚੀ ਵੀਰੇ ਹਾਂ ਬੁਲਾ ਲਓ ਪੁੱਤਰ ਕੋਈ ਗੱਲ ਨਹੀਂ ਜੇ ਕੁਛ ਨਹੀਂ ਹੈਗਾ ਉਹਨਾਂ ਕੋਲੇ ਆਪਣੇ ਕੋਲ ਜ਼ਮੀਨ ਬਥੇਰੀ ਹੈ ਹੈ ਆਪਣੇ 5-10 ਕਿੱਲੇ ਵਾਹੀ ਜਾਓ ਫਿਰ ਕੀ ਆਪਾਂ ਨੂੰ ਫਰਕ ਪੈਂਦਾ ਕੋਈ ਉਹੀ ਗੱਲ ਆ ਬਾਪੂ ਨਾਲੇ ਪੁੱਤ ਮੈਨੂੰ ਤੇ ਇੱਥੋਂ ਦੀ ਕੀ ਹੈ ਉਹੀ ਗੱਲ ਆ ਬਾਪੂ ਉਹੀ ਗੱਲ ਆ ਨਾ ਪਰ ਉਹਨੂੰ ਇਹ ਗੱਲ ਕਹਿਣੀ ਹੈਗੀ ਵੀ ਇੱਕ ਤਾਂ ਕਿਸੇ ਨੂੰ ਦੱਸਣਾ ਨਹੀਂ ਆਪਣੇ ਤੇ ਦੇਖ ਲਾ ਆਪਣੇ ਸਾਰੇ ਪਿੰਡ 'ਚ ਆਪਣੀ ਕਿੰਨੀ ਇੱਜ਼ਤ ਆ ਲਵੇ ਲਾਉਣੇ ਵੀ ਆਪਣੀ ਕਿੰਨੀ ਇੱਜ਼ਤ ਆ ਬਾਪੂ ਦੀ ਠੀਕ ਆ ਉਹਨੂੰ ਕਹਿ ਇੱਕ ਤਾਂ ਦੱਸਣਾ ਨਹੀਂ ਦੂਜਾ ਇਕੱਲਿਆਂ ਨੇ ਆਉਣਾ ਠੀਕ ਆ ਆਪਾਂ ਬਹਿ ਕੇ ਉਹਦੇ ਨਾਲ ਗੱਲਬਾਤ ਕਰਦੇ ਜਿਵੇਂ ਤੁਸੀਂ ਕਹੋਗੇ ਠੀਕ ਆ ਨਾ ਘਰ ਦੀ ਗੱਲ ਘਰ 'ਚ ਹੀ ਚੰਗੀ ਰਹਿੰਦੀ ਹੈ ਠੀਕ ਹੈ ਹਾਂ ਆਪਾਂ ਤੇਰਾ ਵਿਆਹ ਕਰ ਦਾਂਗੇ ਉਹਦੇ ਨਾਲ ਸਹੀ ਗੱਲ ਹੈ ਸੱਚੀ ਕਹਿ ਰਹੇ ਹੋਰ ਜਿਵੇਂ ਪਾਪਾ ਕਹਿੰਦੇ ਆ ਨਾ ਉਹ ਵੀ ਕਰਨਾ ਠੀਕ ਹੈ ਕੋਈ ਨਾ ਮੇਰਾ ਪੁੱਤ ਫੋਨ ਕਰਦੀ ਬੁਲਾ ਲਈ ਹੈ ਹਾਂ ਕੋਈ ਨਾ ਜਿਹਦੀ ਅੱਜ ਸ਼ਾਮ ਨੂੰ ਬੁਲਾ ਲਈ ਚਾਹੀਦੀ ਕੱਲ੍ਹ ਨੂੰ ਬੁਲਾ ਲਈ ਕੋਈ ਨਾ ਲਾਡੀ ਬੁਲਾ ਲਓ ਫਿਰ ਆ ਜਾ ਠੀਕ ਹੈ ਚੱਲ ਚੰਗਾ ਆ ਜੀ ਫਿਰ ਹਾਂ ਦੇਖਿਆ ਮੰਨ ਗਏ ਨਾ ਤੇਰੇ ਪਾਪਾ ਹਾਂ ਚੱਲ ਹੁਣ ਚਾਹ ਪੀ ਲਾ ਹੁਣ ਉਦਾਸ ਨਾ ਹੋਈ ਜਮਾ ਵੀ ਚੰਗਾ ਪੀ ਲਾ ਚਾਹ ਉਹ ਜੋਤ ਨਾ ਹੋ ਗਈ ਗੱਲ ਲਾਡੀ ਹੋ ਗਈ ਬਾਪੂ ਆਉਂਦੀ ਆ ਆਉਂਦੀ ਹੈ ਚੱਲ ਭਾਈ ਤੇ ਨਸ਼ਾ ਕਰਨਾ ਹੈ ਬਾਪੂ ਕੱਲ ਪਰਸੋਂ ਰਾਮੇ ਵਾਲਾ ਕੰਮ ਬਣ ਗਿਆ ਅੱਜ ਇਹ ਬਣ ਗਈ ਹੈ ਫਿਰ ਤੂੰ ਕਹਿੰਦਾ ਮੈਂ ਕੰਮ ਨਹੀਂ ਕਰਦਾ ਜੀ ਉਹ ਚੱਲ ਐਂ ਤਾਂ ਕਰਦਾ ਤਾਂ ਹੁਣ ਕਿਹਾ ਜਾਂਦਾ ਤੇਰੀ ਮਾਂ ਸਾਹਮਣੇ ਨਾਲੇ ਜਿਹੜਾ ਉੱਚਾ ਜਿਹਾ ਨਾ ਆਪਣਾ ਵਾਹਣ ਜਾ ਡੈਡੀ ਜੀ ਆਓ ਜੀ ਕਾਕਾ ਜੀ ਮੇਰੀ ਪਿਆਰੀ ਭੈਣ ਤੈਨੂੰ ਇਹ ਚੁੰਨੀ ਇੱਜ਼ਤ ਢੱਕਣ ਲਈ ਦਿੱਤੀ ਸੀ ਸਾਡੀ ਇੱਜ਼ਤ ਰੋਲਣ ਲਈ ਨਹੀਂ ਸਤਿ ਸ੍ਰੀ ਅਕਾਲ ਅੰਮਾ ਜੀ ਸਤਿ ਸ੍ਰੀ ਅਕਾਲ ਵੀਲੇ ਹੋਰ ਠੀਕ ਠਾਕ ਹੈ ਹਾਂ ਮੈਂ ਤਾਂ ਠੀਕ ਹੈ ਜੀ ਬਹਿ ਜਾਓ ਬੈਠੇ ਵੀਲੇ ਹੋਰ ਚਾਹ ਬਣਾ ਕੇ ਲਿਆਉਣੀ ਆ ਮੈਂ ਬਸ ਬਸ ਵੀਲੇ ਚਾਹ ਪੀ ਕੇ ਫੇਰ ਆਈ ਆ ਮੈਂ ਅੱਜ ਕਿਵੇਂ ਗੇੜਾ ਵੱਜਿਆ ਤੁਹਾਡਾ ਬਸ ਅੱਜ ਐਂ ਵੱਜ ਗਿਆ ਮੈਂ ਛੋਟੀ ਗੁੱਡੀ ਨਹੀਂ ਦਿੰਦੀ ਹੈਗੀ ਹੁਣ ਕਿਤੇ ਦੇਖੀ ਨਹੀਂ ਅੰਮਾ ਜੀ ਹਾਂਜੀ ਉਹ ਤਾਂ ਅਸੀਂ ਕੈਨੇਡਾ ਭੇਜਤੀ ਅੱਛਾ ਹੋਰ ਕਦੋਂ ਲੈ ਅੰਮਾ ਜੀ ਹੁਣ ਤਾਂ ਹੋ ਗਏ ਮੈਨੂੰ ਲੱਗਦਾ 15 ਕੁ ਦਿਨ ਹੋ ਗਏ ਗਈ ਨੂੰ
ਤੇ ਕੁੜੇ ਤੂੰ ਕਿਸੇ ਕੋਲ ਗੱਲ ਹੀ ਨਹੀਂ ਕੀਤੀ ਵੀ ਪਾਰਟੀ ਨਾ ਦੇਣੀ ਪੈ ਜੇ ਨਾ ਨਾ ਅੰਮਾ ਜੀ ਪਾਰਟੀ ਵਾਲੀ ਕੋਈ ਗੱਲ ਨਹੀਂ ਆ ਤੁਹਾਨੂੰ ਪਤਾ ਤਾਂ ਹੈਗਾ ਲੋਕਾਂ ਦੇ ਮੂੰਹ ਕਹੇ ਜਿਆ ਮੁੜ ਕੇ ਬਨ ਸਬਨੀਆਂ ਗੱਲਾਂ ਕਰਦੇ ਆ ਤੇ ਫਿਰ ਐ ਕਰਕੇ ਤੁਹਾਡਾ ਪੁੱਤ ਕਹਿੰਦਾ ਰਹਿਣ ਨਹੀਂ ਦੇ ਕਿਸੇ ਨੂੰ ਦੱਸਣ ਨੂੰ ਅੱਛਾ ਨਹੀਂ ਕੁੜੇ ਤੂੰ ਮੈਨੂੰ ਤਾਂ ਦੱਸ ਦਿੰਦੀ ਹੈ ਮੈਂ ਮਿਲ ਜਾਂਦੀ ਕੁੜੀ ਨੂੰ ਆ ਮੈਂ ਹੁਣ ਦੱਸ ਦੇਣੀ ਆ ਵੀ ਆਪਾਂ ਤਾਂ ਗੁੜੀਆ ਭੇਜਤੀ ਆ ਅੱਛਾ ਠੀਕ ਹੈ ਚਲੋ ਭਾਈ ਵਾਦਾ ਕਰੇ ਉਹਨੂੰ ਹਨਾ ਪਰਮਾਤਮਾ ਚੰਗਾ ਬੱਬੂ ਮੈਂ ਤਾਂ ਜਲਦੀ ਆ ਪੁੱਤ ਫਿਰ ਹੈ ਕੋਈ ਨੀ ਬੀਬੀ ਜਦੋਂ ਕੁੜੀ ਦਾ ਵਿਆਹ ਕਰਾਂਗੇ ਤੇ ਉਦੋਂ ਸਾਰਿਆਂ ਨੂੰ ਬੁਲਾਵਾਂਗੇ ਚੰਗਾ ਠੀਕ ਹੈ ਜਿਉਂਦੀ ਵਸਦੀ ਰਹੇ ਤੇਰੀ ਕੁੜੀ ਭਾਈ ਉਧਰ ਠੀਕ ਹੈ ਬੀਬੀ